ਤੁਹਾਡਾ ਉਹ ਬੱਚੀ ਕਿਉਂ ਕੀ ਨਾਮ ਹੁੰਦਾ ਜਿਹੜਾ ਤੁਹਾਨੂੰ ਕੁੱਲੜ ਪੀਜੇ 'ਚ ਤੁਹਾਡੀ ਹੈ ਨਾ ਉਹ ਲੜਕੀ? ਹਾਂਜੀ, ਤੁਸੀਂ ਉਹਦੇ ਮਾਸੀ ਹੈ ਕੀ? ਆਂਟੀ ਉਹ ਗੱਲਬਾਤ ਸੀਗੀ ਇੱਦਾਂ ਉਹਨਾਂ ਦੇ ਨਾਮ ਲਾਤ ਉਹਨਾਂ ਨੇ, ਬਸ ਇਹ ਨਾਮ ਲਗਾਇਆ ਕਿ ਮੈਸੇਜ ਵਗੈਰਾ ਕੋਈ ਜਿਹੜੇ ਵਾਇਰਲ ਹੋਏ ਆ, ਟ੍ਰਾਂਸਫਰ ਹੋਇਆ, ਉਹ ਉਹਦੇ ਫੋਨ ਤੋਂ ਹੋਇਆ, ਬਟ ਜਿਹੜੀ ਰਾਈਟ ਸਟੋਰੀ ਆ ਉਹ ਨਹੀਂ ਪਤਾ, ਮਤਲਬ ਇਨਵੈਸਟੀਗੇਸ਼ਨ ਨਹੀਂ ਕੀਤੀ ਜਾ ਰਹੀ ਕਿ ਜਿਹੜੀ ਵੀਡੀਓ ਲੀਕ ਦੀ ਗੱਲ ਹੈਗੀ। ਅੱਛਾ, ਨਹੀਂ ਪੁਲਿਸ ਨੇ ਕਿਸ ਬਿਹਾਫ ਤੇ ਉਹਨੂੰ ਅਰੈਸਟ ਕੀਤਾ? ਉਹਨੂੰ ਬਣੀ ਆ ਜਿਹੜੇ ਆਈਡੀ ਬਣੀ ਹੋਈ ਆ, ਕੋਈ ਇੰਸਟਾਗ੍ਰਾਮ ਤੇ ਆਈਡੀ ਬਣੀ ਆ, ਉਹਦੇ ਨੰਬਰ ਤੋਂ ਹੋਈ ਆ, ਉਹਦੇ ਇੰਟਰਨੈਟ ਤੋਂ ਯੂਜ਼ ਹੋਈ ਆ। ਅੱਛਾ ਜੀ, ਬਲਕਿ ਉਹਦਾ ਫੋਨ ਜਿੰਨੇ ਦੇਰ ਵੀ ਉੱਥੇ ਕੰਮ ਕੀਤਾ ਆ, ਹਾਂਜੀ, ਉੱਥੇ ਜਦੋਂ ਕੰਮ ਕੀਤਾ ਇੱਕ ਦਿਨ ਉਹਦਾ ਪੂਰਾ ਫੋਨ, ਜਦੋਂ ਸਾਰੇ ਸਟਾਫ ਮੈਂਬਰ ਦਾ ਫੋਨ ਉਹਨਾਂ ਨੇ ਕੀਤਾ ਸੀ ਆਪਣੇ ਹਵਾਲੇ। ਅੱਛਾ ਜੀ, ਔਰ ਉਹ ਇੱਕ ਦਿਨ ਉਹਨਾਂ ਨੇ ਯੂਜ਼ ਕੀਤਾ ਸੀਗਾ। ਅੱਛਾ ਜੀ, ਕਿਹਨਾਂ ਨੇ? ਕੁੱਲੜ ਪੀਜ਼ਾ ਵਾਲਿਆਂ ਨੇ, ਫੈਜ ਨੇ। ਹਾਂਜੀ। ਅੱਛਾ ਜੀ, ਉਹਨਾਂ ਦੇ ਉਹ ਕੁੜੀ ਦਾ ਜਿਹੜੇ ਹੁਣ ਜਿਹਨੂੰ ਅਰੈਸਟ ਕੀਤਾ ਹੈ ਉਹਦਾ ਫੋਨ ਸਹਿਜ ਨੇ ਯੂਜ਼ ਕੀਤਾ ਸੀ? ਅੱਛਾ ਜੀ, ਮਨਾ ਕਰਨ ਦੇ ਬਾਵਜੂਦ ਵੀ ਸਾਰਾ ਫੋਨ ਪੂਰਾ ਦਿਨ ਉਹਦੇ ਕੋਲ ਰਿਹਾ। ਤੇ ਉਹ ਲੜਕੀ ਤੁਹਾਡੀ ਕਿੰਨੀ ਦੇਰ ਤੋਂ ਕੰਮ ਕਰਦੀ ਸੀ ਉਹਨਾਂ ਕੋਲ? ਉਹਨੇ ਸਿਰਫ ਮਹੀਨਾ ਕੰਮ ਕੀਤਾ। ਅੱਛਾ, ਸਿਰਫ ਇੱਕ ਮਹੀਨਾ ਕੰਮ ਕੀਤਾ? ਮਹੀਨਾ ਰੀਜ਼ਨ ਉਹਦਾ ਕਿਉਂਕਿ ਜਦੋਂ ਆਪਣੀ ਫੀਸ ਪੇ ਕਰਨ ਵਾਸਤੇ ਉਹਨੇ ਜੁਆਇਨ ਕੀਤਾ ਸੀ ਕਿ ਮੇਰੀ ਪਾਰਟ ਟਾਈਮ ਤੋਂ ਮੈਂ ਜੋਬ ਕਰਕੇ ਆਪਣੀ ਫੀਸ ਪੇ ਕਰ ਸਕਦੀ ਹਾਂ, ਤਾਂ ਕਿ ਫੈਮਿਲੀ ਦੇ ਪ੍ਰੈਸ਼ਰ। ਕੀ ਕੰਮ ਉਹ ਕਦੀ ਸਟੱਡੀ ਕਰਦੀ ਹੋ? ਉਹ ਬੀਐਸਸੀ ਦੀ, ਖਾਲਸਾ ਕਾਲਜ। ਅੱਛਾ ਜੀ, ਕਿੰਨੀ ਏਜ ਹੈ ਉਹਦੀ ਬੱਚੇ ਦੀ? 18 ਸਾਲ। ਅੱਛਾ ਜੀ, 18 ਸਾਲ ਹੀ। ਤੇ ਕਿੰਨੇ ਦਿਨ ਦਾ ਅਰੈਸਟ ਕੀਤਾ ਹੋਇਆ ਪੁਲਿਸ ਨੇ ਉਹਨੂੰ? ਉਹਨੂੰ 2 ਦਿਨ ਹੋ ਗਏ ਤੇ ਅੱਜ 4ਥਾ ਦਿਨ ਆ। ਅੱਛਾ ਜੀ, ਤੁਸੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਹੋਵੇ? ਕੀਤੀ ਆ, ਉਹ ਕੋਪਰੇਟ ਵੀ ਕਰ ਰਹੇ ਆ, ਉਹ ਸਾਥ ਵੀ ਦੇ ਰਹੇ ਨੇ, ਬਟ ਅਸਲੀਅਤ ਜਿਹੜੀ ਹਜੇ ਤੱਕ ਸਾਹਮਣੇ ਨਹੀਂ ਆਈ, ਬਿਕੋਜ਼ ਹਜੇ ਪ੍ਰੋਪਰ ਇਨਵੈਸਟੀਗੇਸ਼ਨ ਹਜੇ ਕੰਪਲੀਟ ਨਹੀਂ ਹੋਈ ਆ। ਅੱਛਾ ਜੀ, ਤੁਸੀਂ ਕੀ ਜਾਣਿਓ ਪ੍ਰਸ਼ਾਸਨ ਤੋਂ? ਅਸੀਂ ਚਾਹੁੰਦੇ ਕਿ ਇਨਸਾਫ ਹੋਵੇ, ਉਹ ਸੱਚ ਦਾ ਸਾਥ, ਸੱਚ ਦਾ ਇਨਸਾਫ। ਹਾਂਜੀ, ਤੁਹਾਨੂੰ ਇਹ ਤਾਂ ਲੱਗਦਾ ਕਿ ਤੁਹਾਡੀ ਕੁੜੀ ਨੇ ਕੁਛ ਨਹੀਂ ਕੀਤਾ ਹੈਗਾ, ਉਹਨੂੰ ਫਸਾਇਆ ਗਿਆ, ਬਿਕੋਜ਼ ਮੈਂਟਲ ਟੌਰਚਰ ਔਰ ਮੈਂਟਲ ਪ੍ਰੈਸ਼ਰ ਜਿਹੜਾ ਹੈਗਾ ਨਾ, ਬਹੁਤ ਗੰਦੀ ਚੀਜ਼ ਆ। ਹਾਂਜੀ, ਉਹ ਇਸ ਚੀਜ਼ ਵਿੱਚ ਆ ਗਈ ਕਿ ਡਿਪਰੈਸ਼ਨ ਦੇ ਮਾਮਲੇ 'ਚ। ਅੱਛਾ ਜੀ, ਕੋਈ ਵੀ ਨਹੀਂ ਕਰੇਗਾ, ਉਹ ਆਪਣੇ ਆਪ ਨੂੰ ਖਰਾਬ ਨਹੀਂ ਕਰੇਗੀ ਅਗਰ ਉਹਨੇ ਕਬੂਲ, ਅਗਰ ਉਹਨੇ ਕੀਤਾ ਹੋਵੇ ਤਾਂ ਇੰਨਾ ਆਪਣੇ ਆਪ 'ਤੇ ਸਿਹਤ 'ਤੇ ਪ੍ਰੈਸ਼ਰਾਈਜ਼ ਨਾ ਕਰੇ। ਅੱਛਾ ਜੀ, ਕਿੰਨੇ ਜਣੇ ਉਹਨਾਂ ਨੇ ਕੀਤੇ ਹੋਏ ਰਸਪਦ? ਇੱਕ ਪਹਿਲਾਂ ਇੱਕ ਨੇਪਾਲ ਦੀ ਕੋਈ ਕੁੜੀ ਆ ਜਿਹਨੂੰ ਅਰੈਸਟ ਕੀਤਾ ਹੋਇਆ, ਉਹਨੂੰ ਤਾਂ ਜੇਲ੍ਹ ਕੀਤਾ ਹੀ ਹੋਈ ਆ ਉਹਨਾਂ ਨੇ। ਅੱਛਾ ਜੀ, ਇਹ ਸੈਕਿੰਡ ਆ, ਹੁਣ ਥਰਡ 'ਤੇ ਸਾਨੂੰ ਇਹ ਵੀ ਸੁਣਨ 'ਚ ਆ ਰਿਹਾ ਕਿ ਕੋਈ ਥਰਡ ਪਰਸਨ ਵੀ ਹੈਗਾ ਜਿਹਨੂੰ ਉਹਨਾਂ ਨੇ ਕੁਛ ਕਰਨਾ ਹੈ। ਜਿਹੜੀ ਨੇਪਾਲ ਦੀ ਕੁੜੀ, ਉਹ ਵੀ ਉਹਨਾਂ ਕੋਲ ਜੋਬ ਕਰਦੀ ਸੀ ਉੱਥੇ? ਹਾਂਜੀ।